ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਹਾਜ਼ਰ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦੋਸਤੋ 600 ਯੂਨਿਟ ਲੈਣ ਵਾਲਿਆਂ ਦੇ ਲਈ ਵੱਡੀ ਖਬਰ ਹੈ ਸਰਕਾਰ ਨੇ ਕਰ ਦਿੱਤਾ ਹੈ ਵੱਡਾ ਬਦਲਾਅ ਤੁਸੀਂ ਜਲਦੀ ਤੋਂ ਜਲਦੀ ਕਰ ਲਓ ਮੁੱਖ ਮੰਤਰੀ ਮਾਨ ਨੇ ਵੱਡਾ ਐਲਾਨ ਕੀਤਾ ਸੀ ਜੀ ਹਾਂ ਮੁਫਤ ਬਿਜਲੀ ਦੇਣ ਦਾ ਇਸ ਐਲਾਨ ਨੂੰ ਪੂਰਾ ਵੀ ਜ਼ਰੂਰ ਕੀਤਾ ਹੈ ਜਿਸ ਵੇਲੇ ਦਇਆ 2022 ਦੀਆਂ ਚੋਣਾਂ ਸਨ ਉਸ ਵੇਲੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਗਰੰਟੀ ਦਿੱਤੀ ਸੀ 300 ਯੂਨਿਟ ਹਰ ਘਰ ਦੀ ਬਿਜਲੀ ਮਾਫ ਹੋਏਗੀ ਸੱਚਮੁੱਚ ਲੋਕਾਂ ਦੇ ਘਰ ਦੇ ਬਿੱਲ ਮਾਫ ਜ਼ਰੂਰ ਕੀਤੇ ਗਏ ਨੇ ਸਰਕਾਰ ਨੇ ਇਕ एलान ਕੀਤਾ ਸੀ ਜੇਕਰ 600 ਯੂਨਿਟ ਤੋਂ ਉੱਪਰ ਵੀ ਲਾਏਗਾ ਤਾਂ ਪੂਰਾ ਬਿੱਲ ਪੜਨਾ ਪਏਗਾ। ਦੋਸਤੋ ਪੰਜਾਬ ਦੇ 90% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ ਹੈ ਇਸ एलान ਤੋਂ ਬਾਅਦ। ਲੋਕਾਂ 'ਚ ਖੁਸ਼ੀ ਦੇਖੀ ਗਈ ਹੈ। ਗਰਮੀਆਂ ਦੇ ਵਿੱਚ ਇਹ ਬਿੱਲ ਵਧ ਕੇ ਜ਼ਰੂਰ ਆ ਸਕਦੇ ਨੇ ਜੇਕਰ ਕੋਈ ਬਿਜਲੀ ਥੋਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ। ਜੀ ਹਾਂ ਹੋਰ ਜਾਣਕਾਰੀ ਲੈਣ ਦੇ ਲਈ ਇਹ ਵੀਡੀਓ ਵੇਖੋ ਇਹ ਜਾਣਕਾਰੀ ਸੋਸ਼ਲ ਮੀਡੀਆ ਤੋਂ ਲਏ ਗਏ ਇਸ ਨੂੰ ਰਿਕਾਰਡਸ ਆ ਬਣਾਉਂਦੇ ਵਿੱਚ ਸਾਡਾ ਕੋਈ ਹੱਥ ਨਹੀਂ ਅਸੀਂ ਸਿਰਫ ਤੋਰ ਨਾਲ ਲੱਗੇ ਸ਼ੇਅਰ ਕਰ ਰਿਹਾ। ਬਾਕੀ ਖਬਰ ਨੂੰ ਅੰਤ ਤੱਕ ਦੇਖ ਖਲੇ ਤੁਹਾਡਾ ਬਹੁਤ نعم